ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਆਪ ਜੀ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਰੈਗੂਲਰ ਕਰਨ ਲਈ ਵਲੰਟਰੀ ਡਿਸਕਲੋਜ਼ਰ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਅਧੀਨ ਹੁਣ ਗੈਰ ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਬਿਨਾਂ ਕਿਸੇ ਕੁਨੈਕਸ਼ਨ ਫੀਸ ਅਤੇ ਜੁਰਮਾਨੇ ਤੋਂ ਰੈਗੂਲਰ ਕੀਤੇ ਜਾਣਗੇ। ਵਿਭਾਗ ਵੱਲੋਂ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਆਪਣੇ ਕੁਨੈਕਸ਼ਨ ਮੁਫ਼ਤ ਵਿੱਚ ਰੈਗੂਲਰ ਕਰਵਾਓ। ਇਹ ਸਕੀਮ 15-7-2020 ਤੱਕ ਲਾਗੂ ਹੈ ਜੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਹੜੇ ਖਪਤਕਾਰ ਆਪਣੇ ਕੁਨੈਕਸ਼ਨ ਮਨਜ਼ੂਰ ਨਹੀਂ ਕਰਵਾਉਂਦੇ ਹਨ ਤਾਂ ਉਹਨਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ ਅਤੇ ਉਹਨਾਂ ਖਪਤਕਾਰਾਂ ਤੋਂ 2,000 ਰੁਪਏ ਜੁਰਮਾਨਾ ਤੇ ਪਹਿਲਾਂ ਵਰਤੇ ਗਏ ਪਾਣੀ ਦਾ ਬਿੱਲ ਵੀ ਵਸੂਲਿਆ ਜਾਵੇਗਾ। ਆਪਣੇ ਪਾਣੀ ਦੇ ਕੁਨੈਕਸ਼ਨ ਨੂੰ ਰੈਗੂਲਰ ਕਰਵਾਉਣ ਲਈ ਇਸ ਨੰਬਰ ਤੇ 1800-103-6999 ਤੇ ਕਾਲ ਕਰੋ ਜੀ। ਨੰਬਰ ਫਿਰ ਨੋਟ ਕਰ ਲਓ, 1800-103-6999। ਇਸ ਨੰਬਰ ਤੇ ਆਪ ਜੀ ਕਾਲ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।